ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਆਪਾਂ ਨੂੰ ਸਿਲਾਈ ਉੱਪਰ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਡਿਜ਼ਾਇਨ ਬਣਾਉਣਾ। ਪਹਿਲੀ ਸਿਲਾਈ ਪਹਿਲੇ ਦੋ ਕੁੰਡੇ ਉਲਟੇ ਬਣਾਂਗੇ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ। ਇਹ ਪਹਿਲੇ ਕੁੰਡੇ ਨੂੰ ਛੱਡ ਕੇ ਇੱਕ ਕੁੰਡਾ ਉਲਟਾ, ਦੋ ਕੁੰਡੇ ਸਿੱਧੇ, ਇਹੀ ਆਪਾਂ ਵਾਰ ਵਾਰ ਰਿਪੀਟ ਕਰਾਂਗੇ। ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ ਲਾਸਟ ਦੇ ਦੋ ਕੁੰਡੇ ਉਲਟੇ। ਦੂਸਰੀ ਸਿਲਾਈ ਉਲਟੀ ਸਾਈਡ, ਪਹਿਲੇ ਦੋ ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ, ਦੋ ਕੁੰਡੇ ਸਿੱਧੇ। ਇਹ ਦੇਖੋ ਸਿਲਾਈ ਉੱਪਰ ਇਸ ਤਰ੍ਹਾਂ ਵਲ ਪੈ ਜਾਓ, ਦੋ ਕੁੰਡੇ ਸਿੱਧੇ। ਜਿਹੜਾ ਇਹ ਵਲ ਬਣਾਇਆ ਸੀ ਆਪਾਂ ਨੇ, ਇਹਨਾਂ ਨੂੰ ਦੋ ਕੁੰਡੇ ਦੇ ਉੱਪਰ ਦੇ ਇਸ ਤਰ੍ਹਾਂ ਉਤਾਰ ਦਾਂਗੇ। ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਸਿੱਧੇ। ਇਹ ਵਲ ਵਾਲੇ ਕੁੰਡੇ ਨੂੰ ਇਸਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਦਾਂਗੇ। ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਸਿੱਧੇ। ਇਹ ਵਲ ਵਾਲੇ ਕੁੰਡੇ ਨੂੰ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਉਤਾਰ ਦਾਂਗੇ। ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਸਿੱਧੇ। ਵਲ ਵਾਲੇ ਕੁੰਡੇ ਨੂੰ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਉਤਾਰ ਦਾਂਗੇ। ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਸਿੱਧੇ। ਅਤੇ ਵਲ ਵਾਲੇ ਕੁੰਡੇ ਨੂੰ ਇਸਦੇ ਉੱਪਰ ਦੀ ਉਤਾਰ ਦਾਂਗੇ। ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਸਿੱਧੇ। ਇਹ ਵਲ ਵਾਲੇ ਕੁੰਡੇ ਨੂੰ ਇਹ ਦੋ ਕੁੰਡਿਆਂ ਦੇ ਉੱਪਰ ਦੀ ਉਤਾਰ ਦਾਂਗੇ। ਲਾਸਟ ਦੇ ਦੋ ਕੁੰਡੇ ਸਿੱਧੇ। ਇਹ ਦੇਖੋ ਜੀ ਆਪਣੇ ਕੋਲ ਇਹ ਡਿਜ਼ਾਇਨ ਬਣ ਕੇ ਤਿਆਰ ਹੋ ਜੂਗਾ। ਇਹਨਾਂ ਦੋ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ, ਇੱਕ ਸਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ, ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।